ਮੈਂ ਬੋਲ ਰਿਹਾ ਐਡਮਿੰਟਨ ਤੋਂ ਜੁੜੇ ਹੋਏ ਹਾਂ ਬਲਵਿੰਦਰ ਸਿੰਘ ਨਾਲ ਮੋਹਾਲੀ ਤੋਂ ਅਤੇ ਬਲਵਿੰਦਰ ਕੀ ਜੋਬ ਆਫਰ ਮਿਲੀ ਹੈ ਮੋਹਾਲੀ ਸਰਟਨ ਤੋਂ ਉਹਦੇ ਬਾਰੇ ਪਤਾ ਕਰਨਾ ਚਾਹੀ ਹੈ ਨਕਲੀ ਬਲਵਿੰਦਰ ਜੀ ਆਵਾਜ਼ ਆ ਰਹੀ ਮੇਰੀ ਜੀ ਸਰ ਦੱਸੋ ਥੋੜ੍ਹਾ ਜਿਹਾ ਕੀ ਹੈ ਬੈਕਗਰਾਊਂਡ ਕੌਣ ਜੋਬ ਦੇ ਉਹਨਾਂ ਨੂੰ ਦੇ ਰਿਹਾ ਕਿ ਕਿੰਨੀ ਤਨਖਾਹ ਹੈ ਕਿਸ ਤਰ੍ਹਾਂ ਦੀ ਜੋਬ ਹੈ ਪਹਿਲਾਂ ਇਹ ਦੱਸੋ ਸਰ ਜੀ ਇਹਨਾਂ ਨੇ ਮੈਨੂੰ ਇੱਕ ਮੈਸੇਜ ਦਿੱਤਾ ਸੀਗਾ ਉਸ ਵਿੱਚ ਇਹਨਾਂ ਦਾ ਨੰਬਰ ਸੀਗਾ ਮੈਂ ਇਹਨਾਂ ਨੂੰ ਕਾਲ ਕੀਤੀ ਚੰਡੀਗੜ੍ਹ ਮੋਹਾਲੀ ਇਹਨਾਂ ਨੇ ਸਰ ਮੈਨੂੰ ਬੁਲਾਇਆ ਇੱਥੇ ਕਹਿੰਦੇ ਸੀ ਕਿ ਇੱਥੇ ਆਓ ਇੱਥੇ ਆ ਕੇ ਗੱਲ ਕਰਦੇ ਹਾਂ ਪੂਰਾ ਫ੍ਰੀ ਹੈ ਜਦੋਂ ਮੈਂ ਇੱਥੇ ਪਹੁੰਚਿਆ ਇਹਨਾਂ ਦੇ ਆਫਿਸ ਪਹੁੰਚ ਕੇ ਇਹਨਾਂ ਦਾ ਕੋਈ ਕਲਾਇੰਟ ਹੈ ਇੱਕ ਉਸਦਾ ਨਾਮ ਹੈ ਜੀ ਜਗਦੀਪ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਕੁਛ ਡਾਕੂਮੈਂਟ ਬਣਦੇ ਆ ਕੈਨੇਡਾ ਵਾਸਤੇ ਕਿ ਕੱਲ੍ਹ ਨੂੰ ਬਾਈ ਚਾਂਸ ਜਾਂਦਿਆਂ ਰਾਹ ਦੇ ਵਿੱਚ ਜਹਾਜ਼ ਕਰੈਸ਼ ਹੋ ਜਾਵੇ ਤੁਹਾਡੇ ਘਰਦਿਆਂ ਨੂੰ ਪੈਸੇ ਮਿਲਦੇ ਨੇ ਉਸ ਵਿੱਚ ਉੱਧਰ ਜਾ ਕੇ ਐਕਸੀਡੈਂਟ ਹੋ ਜਾਵੇ ਉਸ ਵਿੱਚ ਵੀ ਤੁਹਾਨੂੰ ਸੁਵਿਧਾ ਮਿਲੇਗੀ ਇੱਕ ਕੁਛ ਹੋਰ ਲੈਟਰ ਦੱਸਿਆ ਕਿ ਜਿਹਦਾ ਖਰਚਾ ਟੋਟਲ 30,000 ਆ ਸਕਦਾ ਉਹ ਤੁਸੀਂ ਦਿੱਲੀ ਜਾ ਕੇ ਇੱਥੇ ਰੁਕ ਜਾਓ ਇੱਕ ਇੱਕ ਕਰਕੇ ਸਟੈਪ ਬਾਏ ਸਟੈਪ ਆਪਾਂ ਇਹਨੂੰ ਐਨਾਲਾਈਜ਼ ਕਰਨਾ ਹੈ ਪਹਿਲੀ ਗੱਲ ਇਸ ਤਰ੍ਹਾਂ ਦਾ ਕੋਈ ਡਾਕੂਮੈਂਟ ਕੈਨੇਡਾ ਨੂੰ ਲੋਡ ਨਹੀਂ ਹੈ ਕਿ ਰਾਹ 'ਚ ਤੁਸੀਂ ਅਗਰ ਤੁਹਾਡਾ ਕਰੈਸ਼ ਹੋ ਜਾਏ ਰਾਹ 'ਚ ਤੁਸੀਂ ਪਹੁੰਚੋ ਨਾ ਕਿ ਤੁਹਾਨੂੰ ਪਰਿਵਾਰ ਨੂੰ ਇੱਕ ਇੰਸ਼ੋਰੈਂਸ ਇੱਕ ਕੋਨਸੈਪਟ ਹੈ ਉਹ ਇੱਕ ਸੈਪਰੇਟ ਚੀਜ਼ ਹੈ ਪਲੇਸਮੈਂਟ ਕੰਸਲਟੈਂਟ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸੋ ਇੱਥੇ ਪਹਿਲਾ ਜਿਹੜਾ ਬਿਆਨ ਹੈ ਉਹੀ ਗਲਤ ਹੋ ਗਿਆ ਦੂਸਰਾ ਕੀ ਉਹਨਾਂ ਨੇ ਕਿਹਾ ਦੂਸਰਾ ਸਰ ਉਹਨਾਂ ਨੇ ਕਿਹਾ ਕਿ ਇੱਕ ਪਟਿਆਲਾ ਕੋਰਟ ਦੇ ਵਿੱਚ ਕੋਈ ਅਹੁਦੇਦਾਰ ਦੱਸਿਆ ਉਹਨਾਂ ਵੀ ਵਕੀਲ ਹੋਏਗਾ ਉਹਦੇ ਕੋਲੋਂ ਇਹ ਪੇਪਰ ਬਣਾਉਣੇ ਪੈਣਗੇ ਇਹ ਪੇਪਰ ਜਾਂਗੇ ਫਿਰ ਤੁਹਾਡਾ ਉਦੋਂ ਕੋਈ ਆਫਰ ਲੈਟਰ ਆਏ ਉਹ ਵੀ ਗਲਤ ਹੋ ਗਿਆ ਆਫਰ ਲੈਟਰ ਆਉਣ ਤੇ ਸਰ ਜੀ ਉਹ ਵੀ ਗਲਤ ਹੈ ਇਸ ਤਰ੍ਹਾਂ ਦੀ ਕੋਈ ਚੀਜ਼ ਰਿਕੁਆਇਰਮੈਂਟ ਨਹੀਂ ਹੈ ਜਿਹੜੇ ਇੰਡੀਆ ਦਾ ਕੋਈ ਅਹੁਦੇਦਾਰ ਕੋਈ ਬਣਾ ਕੇ ਤੁਹਾਨੂੰ ਦੇ ਜਾਂ ਇੰਡੀਆ ਦਾ ਕੋਈ ਸਿਗਨੇਟਰੀ ਕਰਕੇ ਦੇ ਕਿ ਵੀ ਉਦੋਂ ਲੈ ਕੇ ਫਿਰ ਕੈਨੇਡਾ ਦੀ ਕੋਈ ਜੋਬ ਮਿਲੇਗੀ ਇਹ ਵੀ ਦੂਸਰਾ ਪੱਖ ਵੀ ਉਹਨਾਂ ਦਾ ਗਲਤ ਸਾਬਿਤ ਹੋ ਗਿਆ ਤੁਸੀਂ ਮੇਰੇ ਖਿਆਲ ਮੇਰੇ ਕਈ ਵੀਡੀਓ ਪੁਰਾਣੇ ਦੇਖੇ ਹੋਣੇ ਆ ਸ਼ਾਇਦ ਮੇਰੇ 20-25 ਵੀਡੀਓਸ ਬਣਾਏ ਹੋਏ ਆ ਪੁਰਾਣੇ ਮੈਂ ਸਾਰੇ ਵੀਡੀਓਸ ਵਿੱਚ ਤੁਸੀਂ ਦੇਖ ਲਓ ਮੈਨੂੰ ਹੁਣ ਤੱਕ 2-2.5 ਸਾਲ ਹੋ ਗਏ ਇਸ ਚੀਜ਼ ਨੂੰ ਵੀਡੀਓਸ ਨੂੰ ਰਿਕਾਰਡ ਕਰਦੇ ਅੱਜ ਤੱਕ ਮੈਨੂੰ ਕੋਈ ਵੀ ਇੰਡੀਆ ਤੋਂ ਕੋਈ ਵੀ ਇੱਕ ਵੀ ਜਸਟ ਓਨਲੀ ਵਨ ਇੱਕ ਵੀ ਕੋਈ ਜੋਬ ਆਫਰ ਮੈਨੂੰ ਸਹੀ ਨਹੀਂ ਮਿਲਿਆ ਮੈਂ ਤਾਂ ਓਪਨ ਚੈਲੇਂਜ ਕੀਤਾ ਹੋਇਆ ਕਿ ਇਮੀਗ੍ਰੇਸ਼ਨ ਜਿਹੜੇ ਜਿਨ੍ਹਾਂ ਨੂੰ ਆਫਰ ਮਿਲ ਰਹੇ ਹੈ ਕਿ ਤੁਸੀਂ ਆ ਕੇ ਮੈਨੂੰ ਸਾਬਿਤ ਕਰ ਦਿਓ ਕਿ ਤੁਹਾਡਾ ਆਫਰ ਜੈਨੂਅਨ ਹੈ ਮੇਰੇ ਤੋਂ ਤੁਸੀਂ ਪੈਸੇ ਲੈ ਜਾਓ 10,000 ਰੁਪਏ ਤੁਸੀਂ ਫ੍ਰੀ ਲੈ ਜਾਓ ਕਿ ਅਗਰ ਮੈਨੂੰ ਸਾਬਿਤ ਕਰ ਦਿਓ ਕਿ ਤੁਹਾਡਾ ਆਫਰ ਜੈਨੂਅਨ ਹੈ ਆਫਰ ਜੈਨੂਅਨ ਹੋਣ ਲਈ ਇਹਦੀ ਸ਼ਰਤ ਸਿਰਫ ਇੰਨੀ ਹੈ ਕਿ ਨੰਬਰ 1 ਕਿ ਉਹ ਸਿੱਧੇ ਇੰਪਲੋਇਰ ਤੋਂ ਆਇਆ ਹੋਏਗਾ ਇੰਪਲੋਇਰ ਕੈਨੇਡਨ ਇੰਪਲੋਇਰ ਤੋਂ ਜੋਬ ਆਫਰ ਹੋਏਗਾ ਇਹ ਜਿੰਨੇ ਵੀ ਲੋਕ ਪੰਜਾਬ ਦੇ ਵਿੱਚ ਜਿਹੜੇ ਜੋਬ ਆਫਰ ਦੇ ਰਹੇ ਇਹ ਆਪਣੇ ਹੀ ਡੈਸਕ 'ਤੇ ਆਪਣੇ ਹੀ ਕੰਪਿਊਟਰ 'ਤੇ ਬਣਾ ਕੇ ਲੋਕਾਂ ਨੂੰ ਦੇਈ ਜਾ ਰਹੇ ਨੇ ਇੰਪ੍ਰੈਸ ਕਰੀ ਜਾ ਰਹੇ ਨੇ ਫਲਾਨਾ ਜੋਬ ਆ ਗਿਆ ਜੀ ਆਹ ਦੇਖੋ ਜੀ ਖੇਤਾਂ ਦੀ ਜੋਬ ਹੈ ਜੀ ਆਹ ਜੀ ਟਰੱਕਾਂ ਦੀ ਜੋਬ ਹੈ ਫਲਾਨਾ ਜੋਬ ਹੈ ਜੋਬ ਜਿਹੜਾ ਇੰਪਲੋਇਰ ਹੈ ਉਹ ਵੀ ਨਕਲੀ ਹੈ ਉਹਨਾਂ ਦੀ ਵੈਬਸਾਈਟ ਵੀ ਬਣਾਈ ਹੈ ਉਹ ਵੀ ਨਕਲੀ ਹੈ ਫੋਨ ਨੰਬਰ ਫੈਕਸ ਨੰਬਰ ਲਿਖੇ ਸਾਰੇ ਨਕਲੀ ਹੈ ਕੋਈ ਉਹਦੇ ਵਿੱਚ ਅਸਲੀਅਤ ਨਹੀਂ ਹੈ ਨੰਬਰ 1 ਦੂਸਰਾ ਜਿਹੜਾ LMIA ਹੁੰਦਾ ਹੈ LMIA ਇਹ ਨਹੀਂ ਹੁੰਦਾ ਕਿ ਅੱਜ ਤੁਸੀਂ ਰਜਿਸਟ੍ਰੇਸ਼ਨ ਕਰਾ ਲਿਆ ਜੀ 2 ਹਫ਼ਤੇ ਬਾਅਦ 3 ਹਫ਼ਤੇ ਬਾਅਦ ਤੁਹਾਨੂੰ ਜੀ LMIA ਕੈਨੇਡਾ ਤੋਂ ਆ ਗਿਆ ਤੁਹਾਡਾ ਨਾਮ ਲਿਖਿਆ ਆਲਰੇਡੀ ਇਸ ਤਰ੍ਹਾਂ ਨਹੀਂ ਹੁੰਦਾ LMIA ਕਰਨ ਲਈ ਇੱਕ ਫਰੈਸ਼ LMIA ਕਰਨ ਦੀ ਲੋੜ ਹੁੰਦੀ ਹੈ ਨੰਬਰ 1 ਫਰੈਸ਼ ਮਤਲਬ ਕਿ ਜਿਸ ਵੇਲੇ ਨਈ ਨੌਕਰੀ ਅਵੇਲੇਬਲ ਹੋਏਗੀ ਕਿ ਫਰੈਸ਼ ਕੰਪਨੀ ਅਪਲਾਈ ਕਰੇਗੀ ਇਹ ਸਾਰੇ ਪ੍ਰੋਸੈਸ ਕਰਨ 'ਚ ਮਿਨੀਮਮ 2-3 ਮਹੀਨੇ ਲੱਗਦੇ ਹੈ ਮਿਨੀਮਮ ਇੱਕ ਹੋਰ ਰਿਕੁਆਇਰਮੈਂਟ ਹੈ LMIA ਦੀ ਕਿ ਉਹਦੇ ਲਈ ਤੁਹਾਨੂੰ ਜੋਬ ਆਫਰ ਪਹਿਲਾਂ ਦੇਣਾ ਪੈਂਦਾ ਹੈ ਜੋਬ ਆਫਰ ਤੁਸੀਂ ਸਾਈਨ ਕਰੋਗੇ ਇੰਪਲੋਇਰ ਸਾਈਨ ਕਰੇਗਾ ਫਿਰ ਜਾ ਕੇ ਉਹ ਸਰਕਾਰ ਨੂੰ ਸਬਮਿਟ ਹੋਏਗਾ ਸਰਵਿਸ ਕੈਨੇਡਾ ਨੂੰ ਫਿਰ ਜਾ ਕੇ ਉਹ ਫਿਰ ਉਹ LMIA ਉਸ ਲੈਵਲ ਤੱਕ ਪਹੁੰਚੇਗਾ ਜਿਹੜਾ 3 ਮਹੀਨੇ ਜਿਹੜਾ ਪ੍ਰੋਸੈਸ ਹੈ ਅਗਰ ਕਿਸੇ ਕੰਪਨੀ ਕੋਲ ਆਲਰੇਡੀ ਪ੍ਰੀ ਅਪਰੂਵਡ LMIA ਹੈ ਤਾਂ ਵੀ ਤੁਹਾਡਾ ਨਾਮ ਐਡ ਕਰਨ ਲਈ ਤੁਹਾਡੇ ਸਿਗਨੇਚਰ ਤੁਹਾਡੀ ਕੰਸੈਂਟ ਤੁਹਾਡੀ ਜਿਹੜੀ ਹਾਮੀ ਉਹਦੇ ਵਿੱਚ ਭਰੀ ਹੋਣੀ ਚਾਹੀਦੀ ਕਿ ਵੀ ਮੈਂ ਇਹ ਜੋਬ ਕਰਨ ਨੂੰ ਤਿਆਰ ਹੈ ਇਹ ਸਾਰਾ ਪ੍ਰੋਸੈਸ ਤਾਂ ਕਿਤੇ ਹੋਇਆ ਨਹੀਂ ਹੈ ਕਿਸੇ ਨੇ 30,000 ਮੰਗ ਲਿਆ ਜੀ ਸਾਨੂੰ ਜੋਬ ਜੀ ਉੱਥੋਂ ਆ ਗਿਆ ਬਣਾਇਆ ਜੋਬ ਆਫਰ ਆ ਗਿਆ ਦਿਸ ਇਜ਼ ਆਲ ਬੋਗਸ ਇਹ ਸਾਰਾ ਬਕਵਾਸ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਨੰਬਰ 1 ਸਰ ਉਹਦੇ ਵਾਸਤੇ ਉਹਨਾਂ ਨੇ ਇੱਕ ਜਦੋਂ ਮੈਨੂੰ ਆਫਰ ਲੈਟਰ ਦਿੱਤਾ ਉਹਦੇ ਤੇ ਇੱਕ ਜਿੱਦਾਂ ਆਧਾਰ ਕਾਰਡ ਤੇ ਆਪਣੇ ਇੱਕ QR ਕੋਡ ਬਣਿਆ ਹੁੰਦਾ ਸਾਈਡ ਤੇ ਉਹਦੇ ਬਣਾਇਆ ਹੋਇਆ ਸੀ ਮੈਨੂੰ ਮੋਬਾਈਲ ਨਾਲ ਫੋਟੋ ਖਿੱਚ ਕੇ ਸਰਚ ਕਰਕੇ ਦੱਸਿਆ ਜੀ ਆ ਵੇਖੋ QR ਕੋਡ 'ਚ ਤੁਹਾਡਾ ਐਡਰੈਸ ਆ ਗਿਆ ਸਾਰਾ ਕੰਪਨੀ ਦਾ ਐਡਰੈਸ ਆ ਗਿਆ ਮੈਂ ਕਿਹਾ ਮੈਨੂੰ ਫੋਟੋ ਖਿੱਚ ਲੈਂਦੇ ਹੋ ਇਹਦੀ ਕਹਿੰਦੇ ਨਹੀਂ ਜੀ ਇਹ ਵਰਕ ਪਰਮਿਟ ਹੁੰਦਾ ਇਹਦੀ ਫੋਟੋ ਨਹੀਂ ਖਿੱਚੀ ਜਾਂਦੀ ਅਸੀਂ ਇਹਨੂੰ
ਬੈਕਗ੍ਰਾਉਂਡ ਹੀ ਰੱਖਦੇ ਆਂ ਜੀ ਜਿੰਨ ਚਿਰ ਵੀਜ਼ਾ ਤੁਹਾਡਾ ਪੂਰਾ ਹੋ ਨਹੀਂ ਜਾਂਦਾ, ਬੈਕਗ੍ਰਾਉਂਡ ਰੱਖਦੇ ਆਂ। ਮੈਂ ਕਿਹਾ ਫਿਰ ਮੈਨੂੰ ਲਿਖ ਦਿਓ। ਜਿਹੜਾ ਬਿਆਨ ਦਿੱਤਾ ਹੈ ਇਹ ਵੀ ਸ਼ੱਕ ਪੈਦਾ ਕਰਦਾ ਹੈ ਕਿ ਵੀ ਇਹ ਕੋਈ ਵਰਕ ਪਰਮਿਟ ਦਾ ਕਾਪੀ, ਅਗਰ ਕੋਈ ਵੀ ਡਾਕੂਮੈਂਟ ਕੋਈ ਵੀ ਹੈ ਜੇ, ਅਗਰ ਤੁਹਾਨੂੰ ਮਤਲਬ ਇਹ ਨਹੀਂ ਕਿ ਅਸੀਂ ਕਲਾਇੰਟ ਨੂੰ ਦਿਖਾ ਨਹੀਂ ਸਕਦੇ ਜਾਂ ਫੋਟੋ ਨਹੀਂ ਖਿੱਚ ਸਕਦੇ, ਮਤਲਬ ਇਹਦੇ ਕੁਛ ਕੋਈ ਕੋਈ ਸਿਕਿਉਰਿਟੀ ਇਸ਼ੂ ਹੈ ਕਿ ਆਈ ਮੀਨ ਡਸ ਨੋਟ ਮੇਕ ਐਨੀ ਸੈਂਸ। ਇਹ ਸਾਰਾ ਧੋਖਾ ਹੈ ਸਰ ਜੀ, ਇਹ ਕੁਛ ਨਹੀਂ ਨਿਕਲਣਾ ਇਹ ਤੋਂ। ਨੰਬਰ ਵਨ ਮੈਨੂੰ ਤਾਂ ਇਹ ਵੀ ਥੋੜ੍ਹਾ ਹੈ ਕਿ ਵੀ ਬੰਦੇ ਹੈ ਕੌਣ ਹੈ, ਇਹ ਕੋਈ ਕੈਨੇਡਾ ਦੇ ਵਕੀਲ ਨਹੀਂ ਹੈ, ਇਹ ਕੋਈ ਕੈਨੇਡਾ ਦੇ ਕੋਈ ਲਾਇਸੈਂਸ ਸ਼ੁਦਾ ਕੰਸਲਟੈਂਟ ਨਹੀਂ ਹੈ, ਇਹ ਕੋਈ ਕੈਨੇਡਾ ਦੀ ਸਰਕਾਰ ਤੋਂ ਮਾਨਤਾ ਪ੍ਰਾਪਤ ਕੋਈ ਇਸ ਤਰ੍ਹਾਂ ਦੇ ਕੋਈ ਕੰਸਲਟੈਂਟ ਜਾਂ ਇਸ ਤਰ੍ਹਾਂ ਦਾ ਕੋਈ ਨੋਟਰੀ ਜਾਂ ਕੋਈ ਕੁਛ ਨਹੀਂ ਹੈ ਇਹਨਾਂ ਕੋਲ ਜਿਹੜੇ ਇਹ ਪ੍ਰੂਵ ਕਰ ਸਕਦੇ ਹੈ ਕਿ ਵੀ ਕੈਨੇਡੀਅਨ ਸਰਕਾਰ ਤੋਂ, ਕੈਨੇਡੀਅਨ ਹਾਈ ਕਮਿਸ਼ਨ ਤੋਂ ਇਹਨਾਂ ਨੂੰ ਕੋਈ ਅਪਰੂਵਲ ਮਿਲੀ ਹੋਈ ਹੈ। ਇਸ ਕਰਕੇ ਇਹ ਸਾਰਾ ਧੋਖਾ ਹੈ। ਤੁਸੀਂ ਉਹਨਾਂ ਨੂੰ ਇੱਕ ਸਵਾਲ ਇਹ ਵੀ ਪੁੱਛ ਲਓ ਕਿ ਵੀ ਭਾਜੀ ਤੁਸੀਂ ਮੇਰੇ ਤੋਂ ਪਹਿਲਾਂ ਕਿੰਨੇ ਲੋਕਾਂ ਨੂੰ ਤੁਸੀਂ ਕੈਨੇਡਾ ਵਰਕ ਵੀਜ਼ਾ 'ਤੇ ਲਾ ਕੇ ਭੇਜਿਆ ਹੋਇਆ, ਜਰਾ ਉਹਨਾਂ ਦੇ ਕੁਝ ਨਾਮ ਪਤਾ ਤਾਂ ਦੇ ਦਿਓ। ਸਰ ਉਹੀ ਮੈਂ ਗੱਲ ਕੀਤੀ ਉਹਨਾਂ ਨਾਲ ਜਦੋਂ ਆਇਆ ਸੀਗਾ ਕਿ ਤੁਸੀਂ ਕਿੰਨਿਆਂ ਜਣਿਆਂ ਨੂੰ ਭੇਜਿਆ। ਉਹਨਾਂ ਸਰ ਥੱਲਿਓਂ ਫਾਈਲ ਕੱਢੀ, ਸ਼ਾਇਦ ਫੋਟੋ ਕਾਪੀਆਂ ਕਰਵਾ ਰੱਖੀਆਂ ਨੇ ਉਹਨਾਂ ਨੇ, ਫਾਈਲ ਕੱਢੀ ਜੇ ਇੰਨੇ ਭੇਜੇ। ਮੈਂ ਕਿਹਾ ਮੈਨੂੰ ਨੰਬਰ ਕਹਿੰਦੇ, ਜੇ ਮੈਂ ਨੰਬਰ ਦੇ ਤਾ ਤੁਸੀਂ ਕਹਿਣਾ ਆਪਣੇ ਰਿਸ਼ਤੇਦਾਰ ਦਾ ਨੰਬਰ ਦੇ ਤਾ ਮੈਨੂੰ, ਉਹਨੇ ਤਾਂ ਝੂਠ ਮਾਰ ਦੇਣਾ, ਅਸੀਂ ਝੂਠ ਥੋੜ੍ਹਾ ਮਾਰਨ ਡੇ ਇੱਥੇ ਬੈਠੇ। ਨਹੀਂ ਜੀ ਤੁਸੀਂ ਨੰਬਰ ਜਿਹਦਾ ਮਰਜ਼ੀ ਲੈ ਲਓ ਪਰ ਸਾਡੇ ਰਿਸ਼ਤੇਦਾਰ ਨੇ ਉਹ। ਨਹੀਂ 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 ਚਲੋ ਚਲੋ ਰਹਿਣ ਦੋ, ਇਸ ਓਕੇ। ਹੁਣ ਮੈਨੂੰ ਮੈਨੂੰ ਕੋਈ ਪੁੱਛੇ ਕਿ ਜੀ ਮੇਰਾ ਕਲਾਇੰਟ, ਮੈਂ ਆਪਣੇ ਕਲਾਇੰਟ ਨਾਲ ਤੁਸੀਂ ਮੇਰਾ ਇੰਟਰੋਡਿਊਸ ਕਰ ਦਿਓ, ਮੈਂ ਕਿਹਾ ਜ਼ਰੂਰ ਕਰਾਂਗੇ। ਦੱਸੋ ਕਿਹੜੇ ਸ਼ਹਿਰ 'ਚ ਕਿਹੜੀ ਕੈਟਗਰੀ ਤੁਹਾਨੂੰ ਕਲਾਇੰਟ ਇੰਟਰੋਡਿਊਸ ਕਰਾਈਏ। ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਬਾਰੇ ਕੋਈ ਦੱਸਣ ਦੀ, ਅਗਰ ਹਾਂ ਕਲਾਇੰਟ ਨੂੰ ਪਰਮਿਸ਼ਨ ਲੈਣੀ ਹੁੰਦੀ ਹੈ ਜ਼ਰੂਰ, ਪ੍ਰਾਈਵੇਸੀ ਇਸ਼ੂ ਹੁੰਦਾ ਕਿ ਵੀ ਹਾਂ ਵੀ ਤੁਸੀਂ ਇਸ ਬਾਰੇ ਗੱਲ ਕਰਨ ਨੂੰ ਤਿਆਰ ਹੋ ਕੇ ਨਹੀਂ, ਦੇ ਕੈਨ ਚੈੱਕ। ਪਰ ਅਗਰ ਜੋ ਇਨਸਾਨ ਅਗਰ ਇਹ ਸੋਚ ਰਿਹਾ ਕਿ ਵੀ ਮੈਂ ਨਹੀਂ ਦੇਣਾ ਨੰਬਰ ਕਿਸੇ ਦਾ, ਕੋਈ ਚੈੱਕ ਨਹੀਂ ਕਰਵਾਉਣਾ, ਅਤੇ ਉਹ ਹੀ ਕਿਉਂਕਿ ਉਹਨਾਂ ਕੋਲ ਕੁਛ ਹੈ ਹੀ ਨਹੀਂ ਚੈੱਕ ਕਰਵਾਉਣਾ, ਅਤੇ ਉਹਨਾਂ ਨੇ ਚੈੱਕ ਕਰਵਾਉਣਾ ਕੀ ਹੈ। ਸੋ ਇਸ ਕਰਕੇ ਇਹ ਸਾਰਾ ਧੋਖਾ ਹੈ। ਜਿੰਨੇ ਵੀ ਤੁਹਾਡੇ ਪੈਸੇ ਫਸੇ ਹੋਏ ਹੈ ਤੁਸੀਂ ਕੱਲ੍ਹ ਜਾ ਕੇ ਆਪਣੇ ਪੈਸੇ ਵਾਪਸ ਲੈ ਲਓ, ਆਪਣੇ ਕਿਤੇ ਹੋਰ ਕੋਈ ਸਪੈਂਡ ਕਰੋ, ਇਹਤੋਂ ਕੁਛ ਨਿਕਲਣਾ ਨਹੀਂ ਹੈ, ਇਹ ਸਾਰਾ ਧੋਖਾ ਹੈ। ਕੁਛ ਕਰਦੇ ਨੇ ਉਹ, ਅਸੀਂ ਪੁੱਛਿਆ, ਮੈਂ ਕਿਹਾ ਵੀ ਸਾਨੂੰ ਲਿਖਾ ਦਿਓ ਤੁਸੀਂ ਫੋਟੋ ਖਿੱਚ ਲੈਣ ਦਿਓ। ਨਹੀਂ ਅਸੀਂ ਲਾ ਕੇ ਦਿੰਦੇ ਤੁਹਾਨੂੰ ਨੰਬਰ, ਇਹ ਫਾਈਲ ਨੰਬਰ ਹੈ ਜਿਹੜਾ ਇੱਕ ਐਡਰੈਸ ਨੰਬਰ ਹੁੰਦਾ ਇਹ ਲਾ ਦਿੰਦੇ ਆ, ਇਹ ਓਰੀਜਨਲ ਹੁੰਦਾ, ਤੁਸੀਂ ਜਿੱਥੇ ਮਰਜ਼ੀ ਚੈੱਕ ਕਰੋ, ਸਾਡਾ ਓਕੇ ਹੈ ਜੀ। ਲਿਮੀਆ ਲੈਟਰ 25 ਦਾ ਸਾਰ ਉਹਨਾਂ ਨੇ ਲਿਖ ਕੇ ਦਿੱਤਾ ਸੀਗਾ, 25 ਦਿਨ ਦਾ ਲਿਖ ਕੇ ਦਿੱਤਾ ਸੀਗਾ ਕਿ 20 ਦਿਨ ਦਾ, 20 ਦਿਨ ਦੇ ਅੰਦਰ ਅਗਰ ਲਿਮੀਆ ਲੈਟਰ ਤੁਹਾਡੇ ਹੱਥ 'ਚ ਨਹੀਂ ਮਿਲਦਾ ਤਾਂ ਤੁਹਾਡੇ ਪੈਸੇ ਵਾਪਿਸ ਹੋਣਗੇ। ਜਦਕਿ ਮੈਨੂੰ 25-30 ਦਿਨ ਬਾਅਦ ਉਹ ਲਿਮੀਆ ਲੈਟਰ ਮਿਲ ਰਿਹਾ, ਉਹ ਵੀ ਮੇਰੇ ਕੋਲ ਇੱਕ ਚੱਕਰ ਹੈਗਾ ਜੀ। ਉਹਨਾਂ ਨੂੰ ਪੁੱਛ ਸਕਦਾ ਮੈਂ ਕਿ ਤੁਸੀਂ ਇੰਨੇ ਦਿਨ ਕਿਹਾ ਸੀਗਾ, ਦੂਜਾ ਉਹਦੀ ਫੋਟੋ ਕਾਪੀ ਨਹੀਂ ਦੇ ਰਹੇ ਸਾਨੂੰ। ਬਲਵਿੰਦਰ ਇਹ ਸਾਰਾ ਧੋਖਾ ਹੈ, ਬਾਕੀ ਤੁਹਾਡੀ ਮਰਜ਼ੀ ਹੈ, ਜੋ ਤੁਸੀਂ ਕਰਨਾ ਹੈ ਪ੍ਰੋਸੀਡ ਕਰਨਾ ਹੈ ਕਰੋ, ਬਾਕੀ ਮੇਰਾ ਫੈਸਲਾ ਹੈ ਕਿ ਸਾਰਾ ਧੋਖਾ ਹੈ। ਸਰ ਇਹਦੇ ਵਿੱਚ ਕੁਛ ਉੱਧਰ ਦੀ ਆਪਣੀ ਸਰਕਾਰ ਨੂੰ ਵੀ ਕਰਨਾ ਚਾਹੀਦਾ, ਜਿੱਦਾਂ ਕੈਨੇਡਾ ਦੀ ਸਰਕਾਰ ਇੱਦਾਂ ਫਰੋਡ ਜਿਹੜੇ ਬੈਠੇ ਨੇ ਉਹਨਾਂ ਦੇ ਨਾਂ 'ਤੇ ਧੋਖਾ ਕਰਦੇ, ਕੁਛ ਉਹਨਾਂ ਵਾਸਤੇ ਕਦਮ ਚੁੱਕਣਾ ਚਾਹੀਦਾ ਕਿ ਕੋਈ ਗਰੀਬ ਗਾਹ ਨਾ ਫਸ ਜਾਵੇ। ਕਿਉਂਕਿ ਅਸੀਂ ਚਲੋ ਫਸੇ ਹਾਂ ਕਿਉਂਕਿ ਅਸੀਂ ਚਾਹਵਾਨ ਸੀ ਜਾਣ ਦੇ, ਨਵੇਂ ਨਵੇਂ ਆਏ ਸੀਗੇ, ਕਿਉਂਕਿ ਧੋਖੇ 'ਚ ਆ ਜਾਂਦਾ ਇੱਕ ਵਾਰੀ ਬੰਦਾ ਧੋਖਾ ਖਾਂਦਾ ਦੁਬਾਰਾ ਫਿਰ ਸੁਧਰ ਜਾਂਦਾ ਵੀ ਇਹ ਧੋਖਾ ਨਾ ਖਾਈਏ। ਪਰ ਉਹਨਾਂ ਨੂੰ ਵੀ ਕੋਈ ਕਦਮ ਚੁੱਕਣਾ ਚਾਹੀਦਾ ਵੀ ਇੱਦਾਂ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ 'ਤੇ ਲਾਉਣ ਦਾ ਝਾਂਸਾ ਦੇ ਕੇ ਪੈਸੇ ਲੁੱਟ ਰਹੇ ਨੇ, ਇਹਨਾਂ ਵਾਸਤੇ ਕੋਈ ਕਦਮ ਤਾਂ ਚੁੱਕਣਾ ਚਾਹੀਦਾ ਨਾ। ਉਹ ਕਰ ਰਹੇ ਆ ਸਰਕਾਰਾਂ, ਸਰਕਾਰਾਂ ਕੋਲ ਕਿਹੜਾ ਵੇਲ ਹੈ ਐਕਚੁਲੀ ਕਿ ਜਾ ਕੇ ਹਰ ਇੱਕ ਕੰਟਰੀ ਜਾ ਕੇ ਲੋਕਾਂ ਦੀ ਹੈਲਪ ਕਰੀਏ, ਕਿ ਇੰਡੀਆ ਹੀ ਦੀ ਪਾਪੂਲੇਸ਼ਨ ਹੀ ਕਿੰਨੀ ਹੈ, ਇੱਥੇ ਤਾਂ 100,000 ਬੰਦਾ ਆਲਰੇਡੀ ਪੀੜਿਤ ਹੈ ਕਿ ਵੀ ਫਰੋਡ ਕਰਦੇ ਹੈ ਲੋਕ, ਕਿ ਕੁਛ ਜੋਬ ਆਫਰ, ਫਲਾਨਾ ਵੀਜ਼ਾ, ਗਲਤ ਡਾਕੂਮੈਂਟ ਵਗੈਰਾ, ਹਜ਼ਾਰੋਂ ਕੰਟਰੀਆਂ ਹੈ ਇੱਥੇ, ਮਤਲਬ ਇਟਸ ਨੋਟ ਪੋਸੀਬਲ। ਸਰਕਾਰ, ਕੈਨੇਡੀਅਨ ਸਰਕਾਰ ਦੇ ਇੱਕ ਜਿਹੜੇ ਪ੍ਰਯਾਸ ਹੈ ਬਹੁਤ ਹੀ ਲਿਮਿਟਡ ਹੈ, ਸੀਮਿਤ ਹੈ, ਉਹ ਕਰ ਨਹੀਂ ਸਕਦੇ। ਬਾਕੀ ਤੁਸੀਂ ਆਪਣੇ ਵੱਲੋਂ, ਅਗਰ ਤੁਸੀਂ ਆਪਣੇ ਵੱਲੋਂ ਕੋਈ ਕਦਮ ਅਗਰ ਤੁਸੀਂ ਲੈਣਾ ਆਪਣੇ ਵੱਲੋਂ, ਤੇ ਇਸ ਚੀਜ਼ ਨੂੰ ਰਿਪੋਰਟ ਤੁਸੀਂ ਲੋਕਲ ਪੁਲਿਸ ਨੂੰ ਕਰ ਸਕਦੇ ਹੋ, ਲੋਕਲ ਜਿਹੜੀ ਚੰਡੀਗੜ੍ਹ ਕਾਉਂਸਲੇਟ ਹੈ ਉਹਨਾਂ ਨੂੰ ਦੱਸ ਸਕਦੇ ਹੋ ਕਿ ਵੀ ਇਸ ਤਰ੍ਹਾਂ ਦੇ ਲੋਕ ਹੈ ਮੈਨੂੰ ਦੇ ਰਹੇ, ਦੇਖੋ ਸ਼ਾਇਦ ਕੁਝ ਉਹ ਕਰ ਸਕਦੇ ਕਿ ਨਹੀਂ। ਸਰ ਉਹ ਤਾਂ ਹੈ ਹੀ, ਮੇਰੇ ਕੋਲ ਜਦੋਂ ਇਸ਼ੂ ਹੈਗਾ ਉਹਨਾਂ ਦਾ ਜੀ, ਮੇਰੇ ਕੋਲ ਪੇਪਰ ਪਿਆ ਇਹਨਾਂ ਦਾ ਬਣਿਆ 20 ਦਿਨ ਦਾ, ਜੋ 20 ਦਿਨ ਦੇ ਬਾਅਦ ਪੈਸੇ ਵਾਪਿਸ ਹੋਣਗੇ। ਦੂਜਾ ਇਹਨਾਂ ਨੇ ਉਹਦੇ ਵਿੱਚ ਲਿਖਿਆ ਜੀ, ਜੇਕਰ ਤੁਹਾਡਾ ਮੈਡੀਕਲ ਫੇਲ ਹੋ ਜਾਂਦਾ ਤੇ ਇਸ ਪੈਸੇ ਤੇ ਤੁਹਾਡਾ ਅਧਿਕਾਰ ਕੁਛ ਨਹੀਂ ਹੈ, ਕੋਈ ਪੈਸਾ ਵਾਪਿਸ ਨਹੀਂ ਹੋਊਗਾ। ਮੈਡੀਕਲ ਦਾ ਸਵਾਲ ਦੇਖੋ, ਮੈਡੀਕਲ ਦਾ ਇਸ਼ੂ ਇਸ ਵਕਤ ਰੇਜ਼ ਕਰਨਾ ਉਹਨਾਂ ਦਾ ਬੇਬੁਨਿਆਦੀ ਜਿਹੜੇ ਤੱਥ ਹੈ ਸਾਰੇ, ਕਿਉਂਕਿ ਮੈਡੀਕਲ ਤੇ ਤਾਂ ਆਪਾਂ ਕਰਾਂਗੇ ਜਦ ਵਰਕ ਪਰਮਿਟ ਐਪਲੀਕੇਸ਼ਨ ਤੁਸੀਂ ਫਾਈਲ ਕਰੋਗੇ, ਵਰਕ ਵੀਜ਼ਾ ਜਦ ਫਾਈਲ ਕਰੋਗੇ ਫਿਰ ਉਹ ਮੈਡੀਕਲ ਦਾ ਰਿਕੁਐਸਟ ਆਏਗੀ, ਜਾਂ ਫਰੰਟ ਵੀ ਤੁਸੀਂ ਪਹਿਲਾਂ ਕਰ ਸਕਦੇ ਹੋ। ਸੋ ਮੈਡੀਕਲ ਦਾ ਇਹਦੇ ਵਿੱਚ ਜ਼ਿਕਰ ਕਰਨਾ, ਅਤੇ ਉਹਨਾਂ ਦਾ ਮਤਲਬ ਇਹ ਸਾਫ਼ ਪਤਾ ਲੱਗ ਰਿਹਾ ਕਿ ਉਹ ਸਹੀ ਲੋਕ ਨਹੀਂ ਹੈ। ਸੋ ਬਾਕੀ ਚਲੋ ਬਲਵਿੰਦਰ ਜੀ, ਮੇਰਾ ਫੈਸਲਾ ਤੁਹਾਨੂੰ, ਤੁਸੀਂ ਮੇਰੀ ਰਾਏ ਪੁੱਛ ਰਹੇ ਸੀ, ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਸਾਰਾ ਧੋਖਾ ਹੈ।
ਤੇ ਹੁਣ ਤੁਸੀਂ ਜੋ ਵੀ ਆਪਣਾ ਸਟੈਪ ਲੈਣਾ ਤੁਸੀਂ ਆਪਣੇ ਵੱਲੋਂ ਲੈ ਸਕਦੇ ਹੋ ਜੀ। ਸਰ ਇੱਕ ਸਰ ਕੁਐਸਚਨ ਹੋਰ ਹੈ ਸਰ, ਜੇਕਰ ਅਸੀਂ ਉਹਨਾਂ ਕੋਲ ਹੁਣ ਜਾ ਕੇ ਇਹ ਵੀਡੀਓ ਦਿਖਾ ਸਕਦੇ ਹਾਂ ਨਾ ਉਹਨਾਂ ਨੂੰ ਕਿ ਤੁਸੀਂ ਧੋਖਾ ਕਰ ਰਹੇ, ਕਿਉਂ ਕਰ ਰਹੇ ਆ, ਫਿਰ ਅਸੀਂ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਵਾਂਗੇ, ਆਪਣੇ ਪੈਸੇ ਤਾਂ ਵਾਪਸ ਲੈਣੇ ਆ ਜੀ, ਇੱਦਾਂ ਤਾਂ ਛੱਡ ਨਹੀਂ ਸਕਦੇ। ਹਾਂ ਹਾਂ ਦੇਖੋ ਤੁਹਾਡੀ ਜੋ ਜੋ ਕਰਨਾ ਤੁਸੀਂ ਕਰ ਸਕਦੇ ਹੋ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ। ਅਗਰ ਜੇ ਮੈਂ ਅਗਰ ਅਗਰ ਮੈਂ ਤਾਂ ਪਹਿਲਾਂ ਵੀ ਲੋਕਾਂ ਨੂੰ ਜਿਹੜੇ ਕਲਾਇੰਟ ਜਿਸ ਤਰ੍ਹਾਂ ਤੁਸੀਂ ਕਾਲ ਕਰ, ਮੈਂ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਕੰਸਲਟੈਂਟ ਨੂੰ, ਜਿਹੜਾ ਵੀ ਕੰਸਲਟੈਂਟ ਹੈ, ਕੰਸਲਟੈਂਟ ਨੇ ਅਗਰ ਕੰਸਲਟੈਂਟ ਕੋਲ ਅਗਰ ਸਹੀ ਸਮਾਨ ਹੈ, ਸਹੀ ਮਾਲ ਵੇਚ ਰਿਹਾ, ਤਾਂ ਉਹਨੂੰ ਉਹਨੂੰ ਇਹ ਕਹਿ ਦੇਣਾ ਕਿ ਭਾਈ ਤੁਸੀਂ ਮੈਨੂੰ ਕਾਲ ਕਰਕੇ ਮੈਨੂੰ ਸੈਟਿਸਫਾਈ ਕਰ ਦਿਉ ਕਿ ਵੀ ਇਹ ਸਹੀ ਹੈ, ਅਤੇ ਮੈਂ ਆਪਣਾ ਇਹ ਵੀਡੀਓ ਚੇਂਜ ਕਰ ਦਿਆਂਗਾ। ਬਾਕੀ ਮੇਰਾ ਵੀਡੀਓ ਜੋ ਆਪਾਂ ਰਿਕਾਰਡਿੰਗ ਕੀਤੀ ਹੈ, ਜੋ ਰਿਕਾਰਡਿੰਗ ਚੱਲ ਰਹੀ ਹੈ, ਜੋ ਇਨਫੋਰਮੇਸ਼ਨ ਤੁਸੀਂ ਦੱਸੀ ਮੈਨੂੰ ਇਸ ਵਕਤ, ਮੈਨੂੰ ਪੂਰੀ ਤਸੱਲੀ ਅੰਦਰ ਹੋਇਆ ਕਿ ਇਸ ਇੱਥੋਂ ਕੁਛ ਨਿਕਲਣਾ ਨਹੀਂ ਜੀ। ਸਰ ਠੀਕ ਹੈ ਸਰ, ਆਪ ਬਹੁਤ ਵਧੀਆ ਸੇਵਾ ਕਰ ਰਹੇ ਹੋ ਸਰ, ਵਧੀਆ ਕੰਮ ਆ, ਕਿਸੇ ਗਰੀਬ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ, ਉਹਨਾਂ ਦੇ ਕੁਛ ਹੱਲ ਕੱਢਦੇ, ਜੇ ਥੋੜ੍ਹਾ ਦਿਲ ਨੂੰ ਤਸੱਲੀ ਹੋ ਜਾਂਦੀ ਜੀ ਕਿ ਆਪਣੇ ਕਿਸੇ ਸਿੱਖ ਭਰਾ ਨਾਲ ਗੱਲ, ਸਿੱਖ ਖਾਲਸੇ ਨਾਲ ਗੱਲ ਕਰ ਲਈ, ਥੋੜ੍ਹਾ ਤਸੱਲੀ ਹੋ ਗਈ ਜੀ ਅੰਦਰ ਕਿ ਕੋਈ ਸਾਨੂੰ ਵੀ ਸਮਝਣ ਵਾਲਾ ਹੈਗਾ ਜੀ ਬਾਹਰ, ਕਿਉਂਕਿ ਇੱਥੇ ਤਾਂ ਸਾਰੇ ਫਰੋਡ ਹੀ ਨੇ ਜੀ। ਕਮਾਲ ਹੋ ਗਈ ਹੈ, ਦੇਖੋ ਸਾਰੇ ਫਰੋਡ ਹੈ, ਲੋਕਾਂ ਨੂੰ ਪਤਾ ਵੀ ਹੈ, ਲੇਕਿਨ ਕੋਈ ਐਕਸ਼ਨ ਕੋਈ ਹੋ ਨਹੀਂ ਰਿਹਾ ਜੀ। ਮੈਂ ਸਵੇਰ ਦਾ ਸਰ ਟਰਾਈ ਕਰ ਰਿਹਾ ਸੀ, ਮੈਂ ਇੱਕ ਹੋਰ ਨੰਬਰ ਲਾ, ਕਹਿੰਦੇ ਜੀ ਉਹ ਤਾਂ ਠੀਕ ਨਹੀਂ ਗੇ, ਸੁੱਤੇ ਪਏ ਨੇ, ਉਹਨਾਂ ਨੂੰ ਥੋੜ੍ਹਾ ਕੁਛ ਪ੍ਰੋਬਲਮ ਆਈ ਪਈ ਆ। ਮੈਂ ਕਿਹਾ ਠੀਕ ਹੈ ਜੀ ਕੋਈ ਨਹੀਂ। ਦੂਜਾ ਸਰ ਉਹਨਾਂ ਨੂੰ ਕਿਹਾ ਸੀ ਕਿ ਜਦੋਂ ਅਸੀਂ ਪੈਸੇ ਤੁਹਾਨੂੰ ਦੇ ਰਹੇ ਹਾਂ, ਮਾਲ ਸਾਡਾ ਵਾ, ਸਾਨੂੰ ਫੋਟੋ ਖਿੱਚ ਲੈਣ ਦੇ ਕੀ? ਨਹੀਂ ਜੀ, ਅਸੀਂ ਫੋਟੋ ਨਹੀਂ ਖਿੱਚਣ ਦੇਣੀ ਇੱਦਾਂ। ਹੁਣ ਸਵੇਰੇ ਸਰ ਮੈਂ ਉਹਨਾਂ ਦੇ ਕੋਲ ਹੀ ਹੋਟਲ ਦੇ ਵਿੱਚ ਰੁਕਿਆ ਹੋਇਆ, ਨਾਲ ਹੀ ਆਫਿਸ ਆ ਉਹਨਾਂ ਦਾ, ਸਵੇਰੇ ਉਹਨਾਂ ਕੋਲ ਥੋੜ੍ਹਾ ਐਕਸ਼ਨ ਦੇਵਾਂਗਾ ਵੀ ਇੱਕ ਤਾਂ ਤੁਹਾਡਾ ਪੇਪਰ ਵੇਖ ਲਓ, 20 ਦਿਨ ਲੰਘ ਗਏ, ਮੇਰੀ ਪੈਸੇ ਵਾਪਸ ਕਰ ਦਿਓ, ਨਹੀਂ ਵਾਪਸ ਕਰਦੇ ਤਾਂ ਫਿਰ ਮੈਂ ਦੂਸਰੇ ਤਰੀਕੇ ਨਾਲ ਲੈ ਲੈਂਦਾ ਜਾ ਕੇ। ਚਲੋ ਇੰਨਾ ਹੀ ਫਰੋਡ ਤੋਂ ਬਚਾ ਹੋਇਆ ਤੇ ਬਾਈ, ਮੇਰੇ ਕੋਲ ਇੱਕ ਮੈਨੂੰ ਯਾਦ ਹੈ ਹੁਣ ਵੀ, ਅੱਜ ਤੋਂ 2 ਸਾਲ ਜਾਂ 2.5 ਸਾਲ ਪਹਿਲਾਂ ਇੱਕ ਮੈਂ ਇੱਦਾਂ ਹੀ ਵੀਡੀਓ ਗੱਲ ਕਰ ਰਿਹਾ ਸੀ ਸਕੂਲਿੰਗ ਵੀਜ਼ਾ ਦੇ ਬਾਰੇ। ਸੋ ਸਕੂਲਿੰਗ ਵੀਜ਼ਾ ਦੇ ਬਾਰੇ ਇੱਕ ਪਟਿਆਲੇ ਦੇ ਕਪਲ ਸਨ, ਉਹ ਫਿਰ ਮੈਨੂੰ ਉਸੇ ਅੱਧੇ ਘੰਟੇ ਬਾਅਦ ਉਹਨਾਂ ਦਾ ਫੋਨ ਆਇਆ ਵੀਡੀਓ ਦੇ ਬਾਅਦ ਕਿ ਵੀ ਅਸੀਂ ਤਾਂ ਬਚ ਗਏ ਨਹੀਂ, ਕਿਉਂਕਿ ਅਸੀਂ ਅਗਲੇ ਦਿਨ ਹੀ ਕਿਸੇ ਕੰਸਲਟੈਂਟ ਨੂੰ 5 ਲੱਖ ਰੁਪਏ ਜਮ੍ਹਾਂ ਡਿਪੋਜ਼ਿਟ ਕਰਨ ਲਈ ਜਾ ਰਹੇ ਸੀ। ਸਕੂਲਿੰਗ ਵੀਜ਼ਾ ਦਾ ਲੋਕਾਂ ਨੇ ਪਹਿਲਾਂ ਐਡ ਦਿੱਤੇ ਸੀ ਕਿ ਵੀ ਬੱਚੇ ਦਾ ਐਡਮਿਸ਼ਨ ਕਰਾਓ, ਬੱਚੇ ਦੇ ਸਿਰ ਤੇ ਮਾਂ ਬਾਪ ਵੀ ਪੱਕੇ ਹੋ ਜਾਣਗੇ। ਮੈਂ ਕਿਹਾ ਇਹ ਬਕਵਾਸ ਹੈ, ਕਦੀ ਨਹੀਂ ਹੋ ਸਕਦਾ। ਸਰ ਤੁਸੀਂ ਹੁਣ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ, ਉਹਨਾਂ ਦੇ ਪੈਸੇ ਬਚ, ਕਿੰਨੀਆਂ ਦਵਾਵਾਂ ਲੱਗੀਆਂ ਹੋਣਗੀਆਂ ਉਹਨਾਂ ਦੀਆਂ। ਮਿਹਨਤ ਦਾ ਪੈਸਾ ਬਹੁਤ ਮੁਸ਼ਕਲ ਬਣਦਾ ਜੀ, 10 ਰੁਪਈਏ ਨਹੀਂ ਕੋਈ ਦਿੰਦਾ ਤੇ 5-5, 7-7 ਲੱਖ ਰੁਪਈਆ ਮਾਰ ਕੇ ਬਹਿ ਜਾਂਦੇ, ਪੰਜ ਪਤਾ ਨਹੀਂ ਸਰ ਕਿੱਦਾਂ ਜਾਂਦਾ ਇਹਨਾਂ ਨੂੰ, ਪਰਮਾਤਮਾ ਵੀ ਨਹੀਂ ਇਹਨਾਂ ਨੂੰ ਦੇਖਦਾ ਵੀ ਕੋਈ ਫਰੋਡ ਪੈਸੇ ਖਾਣ ਰਹੇ ਨੇ। ਨਹੀਂ ਨਹੀਂ ਦੇਖ ਰਿਹਾ ਨਤੀਜਾ ਨਿਕਲਦਾ ਹੈ ਕਈ ਵਾਰ। ਇਹ ਜਿਹੜੇ ਲੋਕ, ਜਿਹੜੇ ਪਲੇਸਮੈਂਟ ਕੰਸਲਟੈਂਟ, ਜਿਹੜੇ ਬ੍ਰੋਕਰ ਜਾਂ ਜਿਹੜੇ ਦਲਾਲ ਉੱਥੇ ਬੈਠੇ, ਇਹਨਾਂ ਨੂੰ ਤੁਸੀਂ ਆਪ ਪਹਿਲਾਂ ਇਹਨਾਂ ਨੂੰ ਇਹ ਪੁੱਛ ਲਓ ਕਿ ਭਾਈ ਸਾਹਿਬ ਤੁਸੀਂ ਵੀ ਕਿਤੇ ਕੈਨੇਡਾ ਗਏ ਹੋ ਕਿ ਨਹੀਂ, ਤੁਸੀਂ ਇੱਥੋਂ ਹੀ ਕੈਨੇਡਾ ਜਾਬਾਂ ਬਣਾ ਬਣਾ ਕੇ ਵੇਚੀ ਜਾਂਦੇ ਹੋ ਲੋਕਾਂ ਨੂੰ। ਦੂਜਾ ਸਰ ਇਹਨਾਂ 30-30 ਹਜ਼ਾਰ ਰੁਪਇਆ ਕਿਹਾ ਸੀਗਾ ਸਾਨੂੰ, 2 ਜਣੇ ਸੀ ਅਸੀਂ, ਮੈਂ ਤਾਂ 20 ਹਜ਼ਾਰ ਹੀ ਜਮ੍ਹਾਂ ਕਰਾਇਆ, ਦੂਜੇ ਕੋਲ 15 ਹੀ ਕਰਵਾਇਆ ਸੀਗਾ ਕਿ ਅਸੀਂ ਪੂਰੇ ਪੈਸੇ ਉਦਣ ਦੇਵਾਂਗੇ ਜਿੱਦਣ ਲੀਮੀਆ ਲੈਟਰ ਆ ਜਾਏਗਾ। ਇਹਨਾਂ ਨੇ ਪਰਸੋਂ ਮੈਨੂੰ ਕਾਲ ਕੀਤੀ ਕਿ ਤੁਹਾਡੀ ਜਿਹੜੇ ਪੇਂਡਿੰਗ ਪੈਸੇ ਪਏ ਨੇ ਉਹ ਨਾਲ ਲੈ ਕੇ ਆ ਜਾਓ, ਤੁਹਾਡਾ ਲੀਮੀਆ ਲੈਟਰ ਆ ਗਿਆ। ਸਵੇਰੇ ਮੈਂ ਇਹਨਾਂ ਕੋਲ ਗਿਆ ਆਫਿਸ 'ਚ, ਮੈਂ ਮੈਨੂੰ ਲੈਟਰ ਦਿਖਾਓ, ਲੈਟਰ ਦਿਖਾ ਕੇ ਕਹਿੰਦੇ ਸਾਈਨ ਕਰੋ, ਮੈਂ ਜੀ ਮੈਨੂੰ ਨੰਬਰ ਦਿਓ, ਮੈਂ ਪਹਿਲਾਂ ਇਹਦੀ ਛਾਣਬੀਣ ਕਰਨੀ ਆ ਤੇ ਫਿਰ ਮੈਂ ਸਾਈਨ ਕਰੂੰਗਾ। ਉਹ ਕਹਿੰਦੇ ਠੀਕ ਆ ਕੋਈ ਨਹੀਂ, ਜਿੱਥੇ ਮਰਜ਼ੀ ਕਰਵਾਓ ਜੀ ਜਦੋਂ ਅਸੀਂ ਸੱਚੇ ਹਾਂ ਤੇ ਫਿਰ। ਮੈਂ ਕਿਹਾ ਕੋਈ ਗੱਲ ਨਹੀਂ ਮੈਨੂੰ ਕਰ ਲੈਣ ਦਿਓ। ਸਾਰੇ 2 ਨੰਬਰ ਉਹਨਾਂ ਲਿਖ ਕੇ ਦਿੱਤੇ, ਫੋਟੋ ਫਿਰ ਨਹੀਂ ਖਿੱਚਣ ਦਿੱਤੀ ਉਹਦੀ। ਨਾ ਇਟਸ ਓਕੇ, ਤੁਸੀਂ ਉਹਨਾਂ ਨੂੰ ਆਪਣਾ ਇੱਦਾਂ ਦਾ ਕਹਿ ਦੇਣਾ ਕਿ ਬਈ ਤੁਸੀਂ ਇਸ ਤਰ੍ਹਾਂ ਕਰੋ ਕਿ ਮੈਨੂੰ ਸੈਟਿਸਫਾਈ ਕਰ ਦਿਓ ਕਿ ਵੀ ਤੁਹਾਡੇ ਡਾਕੂਮੈਂਟ ਨਸਲੀ ਹੈ, ਤੇ ਦੈਟਸ ਓਕੇ, ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਆਪਣਾ ਬਿਆਨ ਚੇਂਜ ਕਰ ਦਿਆਂਗਾ ਜੀ। ਸਰ ਠੀਕ ਹੈ ਸਰ, ਥੈਂਕ ਯੂ, ਮਿਹਰਬਾਨੀ ਸਰ, ਸਤਿ ਸ਼੍ਰੀ ਅਕਾਲ, ਓਕੇ, ਸਤਿ ਸ਼੍ਰੀ ਅਕਾਲ ਭਾਈ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।